ਉਹਨਾਂ ਕੋਲ ਹੋਰ ਟ੍ਰੀਟਮੈਂਟ ਜਿਹੜੀ ਆ ਕਿ ਨਾਨ ਸਰਜੀਕਲ ਹੈਗੀ ਆ, ਮੈਂ ਦੋ ਦੋ ਲਾਈਨਾਂ ਉਹਨਾਂ ਦੇ ਬਾਰੇ ਵੀ ਦੱਸਦਾ ਹਾਂ। ਜਿਹੜਾ ਸ਼ੌਕ ਵੇਵ ਥੈਰੇਪੀ ਹੈ, ਹਾਰਟ ਦੇ ਇਲਾਵਾ ਜੁਆਇੰਟਸ ਦੇ ਵਿੱਚ ਕੀਤੀ ਜਾ ਸਕਦੀ ਆ, ਮਸਲ ਦੀ ਕੀਤੀ ਜਾ ਸਕਦੀ ਆ। ਸਾਈਟੋਟ੍ਰੋਨ, ਸਾਈਟੋਟ੍ਰੋਨ ਇੱਕ ਮਸ਼ੀਨ ਹੈਗੀ ਜਿਹੜੀ ਕਿ ਐਮ ਆਰ ਆਈ ਵਰਗੀ ਦੇਖਣ ਨੂੰ ਨਜ਼ਰ ਆਉਂਦੀ ਹੈਗੀ, ਐਕਸੈਪਟ ਕਿ ਇਹਦੀ ਕੋਈ ਆਵਾਜ਼ ਨਹੀਂ ਹੈਗੀ, ਸਾਈਜ਼ ਵੱਡਾ ਹੈਗਾ। ਇਹਦੇ ਜੇ ਵੇਵਸ ਹੈਗੀਆਂ ਉਹ ਟਿਸ਼ੂ ਇੰਜੀਨੀਅਰਿੰਗ ਲਈ ਆ, ਜਿਹੜੇ ਇੱਥੇ ਇੰਜੀਨੀਅਰ ਆ ਉਹ ਜ਼ਿਆਦਾ ਸਮਝ ਸਕਣਗੇ। ਇਹ ਰੀਜਨਰੇਟ ਵੀ ਕਰ ਸਕਦੀ ਹੈ, ਟਿਸ਼ੂ ਡੀਜਨਰੇਟ ਵੀ ਕਰ ਸਕਦੀ ਹੈ। ਜਿਵੇਂ ਆਰਥਰਾਈਟਿਸ ਆ ਗੋਡਿਆਂ ਦੀ, ਜਿੱਥੇ ਕਿ ਕਾਰਟਲੇਜ ਘਸ ਗਿਆ ਹੋਵੇ ਉੱਥੇ ਰੀਜਨਰੇਟ ਤੇ ਕੰਮ ਆਉਂਦੀ ਹੈ। ਜੇ ਆਹ ਹੈਗਾ ਕਾਰਟਲੇਜ, ਇੱਧਰਲੇ ਪਾਸੇ ਗੈਪ ਘਟਿਆ, ਇੱਧਰ ਇੰਪਰੂਵ ਕਰ ਗਿਆ। ਇਹ ਕੋਈ 28 ਦਿਨ ਦਾ ਟ੍ਰੀਟਮੈਂਟ ਹੁੰਦਾ, 21 ਤੋਂ 28 ਦਿਨ ਤੇ 1 ਘੰਟਾ ਡੇਲੀ ਹੁੰਦਾ। ਇਹਦੀ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਆ, ਪਹਿਲੀ ਗੱਲ ਇੰਡੀਆ ਬਣੀ ਆ, ਇਨੀਸ਼ੀਅਲ ਕਲੀਨਿਕਲ ਟ੍ਰਾਇਲ ਇੰਡੀਆ ਚ ਹੋਏ ਆ, ਤੇ ਕਿਉਂਕਿ ਇਹਨਾਂ ਦਾ ਇਨਵੈਂਟਰ ਮੇਰਾ ਚੰਗਾ ਦੋਸਤ ਹੈਗਾ, ਉਹਨੇ ਵਰਲਡ ਦੀ ਪਹਿਲੀ ਮਸ਼ੀਨ ਕਲੀਨਿਕਲ ਟ੍ਰਾਇਲ ਇੰਸਟੀਚਿਊਟ ਆਫ ਐਰੋਸਪੇਸ ਮੈਡੀਸਨ ਬੈਂਗਲੌਰ ਦੇ ਵਿੱਚ ਹੋਣ ਦੇ ਬਾਅਦ ਉਹਨੇ ਇਨਸਿਸਟ ਕੀਤਾ ਕਿ ਇਹ ਪਹਿਲੀ ਮਸ਼ੀਨ ਡਾਕਟਰ ਸਿਬਿਆ ਤੁਹਾਡੇ ਲਗਾਉਣਾ ਚਾਹੁੰਦਾ। ਸੋ ਵੀ ਹੈਵ ਦਿਸ ਫਸਟ ਮਸ਼ੀਨ ਇਨ ਦਾ ਵਰਲਡ ਆਫ ਸਾਈਟੋਟ੍ਰੋਨ, ਜਿਹੜੀ ਕਿ ਥੈਂਕ ਯੂ, ਜਿਹੜੀ ਕਿ ਹੁਣੇ ਯੂਐਸ ਐਫਡੀਏ ਨੇ ਕਿਹਾ ਕਿ ਇਟ ਇਜ਼ ਬ੍ਰੇਕ ਥਰੂ ਟੈਕਨੋਲੋਜੀ ਫਾਰ ਕੈਂਸਰ ਟ੍ਰੀਟਮੈਂਟ। ਇਹ ਬਿਲਕੁਲ ਨਵੀਂ ਟੈਕਨੋਲੋਜੀ ਹੈ, ਇਫੈਕਟਿਵ ਟੈਕਨੋਲੋਜੀ ਆ, ਤੇ ਕੈਂਸਰ ਟ੍ਰੀਟਮੈਂਟ ਦੇ ਲਈ ਇਟ ਇਜ਼ ਅ ਬ੍ਰੇਕ ਥਰੂ। ਸਪੈਸ਼ਲੀ ਜੋ ਉਹਨਾਂ ਨੇ ਰਿਸਰਚ ਕੀਤੀ ਸੀਗੀ ਉਹ ਬ੍ਰੈਸਟ, ਲਿਵਰ ਤੇ ਪੈਂਕਰੀਆਸ ਦੇ ਬੇਸ ਤੇ ਕੀਤਾ ਸੀ। ਲਿਥੋਟ੍ਰਿਪਸੀ, ਇਹ ਅਸੀਂ 91 ਤੋਂ ਕਰ ਰਹੇ ਹੈਗੇ, ਤੇ ਇਹ ਨਾਰਥ ਇੰਡੀਆ ਦੀ ਪਹਿਲਾ ਸੈਂਟਰ ਸੀਗਾ ਜਿਹੜਾ ਲਿਥੋਟ੍ਰਿਪਸੀ ਸ਼ੁਰੂ ਕੀਤੀ। ਉਸ ਵਕਤ ਇੰਡੀਆ ਸਿਰਫ 3 ਹੋਰ ਮਸ਼ੀਨਾਂ ਸੀਗੀਆਂ। ਇਹਦੇ ਜਿਹੜਾ ਹੈਗਾ ਰੇਜ ਦੇ ਨਾਲ, ਇੱਥੋਂ ਰੇਜ ਆਉਂਦੀਆਂ ਹੈਗੀਆਂ, ਬਿਲਕੁਲ ਐਕਸਟਰਨਲ ਆ, ਜਾਂ ਸਟੋਨ ਦਾ ਪਾਊਡਰ ਕਰ ਦਿੰਦੇ ਆ ਜਿਹੜਾ ਕਿ ਪਿਸ਼ਾਬ ਦੇ ਸਾਈ ਨਿਕਲ ਸਕੇ। ਇਹ ਬੈਕ ਇਕਦਲ ਦੀ ਆ ਟੈਂਸ਼ਨ ਹੈਗਾ, ਥੋੜਾ ਜਿਹਾ ਫਰਕ ਆ ਨਾਰਮਲ ਨਾਲੋਂ, ਕਿ ਬਾਡੀ ਜਿਹੜੀ ਹੈਗੀ ਥੋੜੀ ਲਿਫਟ ਹੁੰਦੀ ਹੈਗੀ ਤਾਂ ਕਿ ਇਫੈਕਟਿਵਨੈਸ ਜ਼ਿਆਦਾ ਹੋਵੇ। ਓਜ਼ੋਨ ਥੈਰੇਪੀ ਇਹ ਬੜੀ ਅਪਕਮਿੰਗ ਥੈਰੇਪੀ ਹੈਗੀ, ਇਹ ਬਿਲਕੁਲ ਬੇਸਿਕ ਲੈਵਲ ਤੇ ਕੰਮ ਕਰਦੀ ਹੈ, ਜਿੱਥੇ ਕਿ ਕ੍ਰੋਨਿਕ ਇਨਫੈਕਸ਼ਨ, ਨਾਨ ਹੀਲਿੰਗ ਵੂੰਡ ਵਗੈਰਾ ਦੇ ਲਈ ਉਹਨਾਂ ਨੂੰ ਕਰ ਸਕੇ। ਕੈਂਸਰ ਸੈਲਸ ਨੂੰ ਵੀ ਮਾਰਦੀ ਹੈਗੀ, ਤੇ ਐਂਟੀ ਏਜਿੰਗ ਦੇ ਵਿੱਚ ਬੜਾ ਰੋਲ ਹੈਗਾ। ਜ਼ੀਰੋਨਾ ਹੈਗਾ ਮੈਡੀਕਲ ਓਬੈਸਿਟੀ ਦੇ ਲਈ, ਜਿੱਥੇ ਕਿ ਜਿਹੜੇ ਸੈਲਸ ਹੈਗੇ ਉਹਨਾਂ ਦੀ ਇਸ ਪਰਟੀਕੁਲਰ ਲੇਜ਼ਰ ਦੇ ਨਾਲ, ਕੋਈ ਹੀਟ ਨਹੀਂ ਹੈਗੀ ਇਹਦੇ, ਉਹ ਸੈਲਸ ਜਿਹੜੇ ਹੈਗੇ ਉਹਨਾਂ ਦੀ ਓਪਨਿੰਗ ਖੁੱਲਦੀ ਆ ਤਾਂ ਕਿ ਫੈਟ ਬਾਹਰ ਨਿਕਲ ਸਕੇ ਤੇ ਬਾਡੀ ਉਹਨੂੰ ਯੂਜ਼ ਕਰ ਸਕੇ। ਐਸਥੈਟਿਕਸ, ਹੁਣ 2 ਲਾਈਨਾਂ ਫਿਊਚਰ ਮੈਡੀਸਨ ਜਿਹੜੇ ਕਿ ਅਸੀਂ ਕੁਛ ਸ਼ੁਰੂ ਕਰ ਲਈਆਂ ਜਾਂ ਅਸੀਂ ਵੀ ਆਰ ਇਨ ਦਾ ਪ੍ਰੋਸੈਸ। ਨੋਰਮਲੀ ਆਪਾਂ ਗੱਲ ਕਰਦੇ ਹੈਗੇ ਕਿ ਡੀਜਨਰੇਟ ਹੋ ਗਈ ਬਾਡੀ ਵਿਦ ਏਜ ਜਾਂ ਇਨਫੈਕਸ਼ਨ ਹੋ ਗਈ, ਲੇਕਿਨ ਉਸ ਤੋਂ ਅੱਗੇ ਵੀ ਹੈਗਾ ਕਿ ਪੋਲਿਊਸ਼ਨ ਦੇ ਕਾਰਨ ਜਿਹੜਾ ਆਪਣੇ ਟੋਕਸਿਨ ਬਾਡੀ ਚ ਆ ਉਹਨੂੰ ਕਿਵੇਂ ਬਾਡੀ ਤੋਂ ਕੱਢਣਾ, ਇੱਕ ਤਾਂ ਅਸੀਂ ਉਹਦੇ ਤੇ ਵਰਕ ਕਰ ਰਹੇ ਹਾਂ। ਇੱਕ ਹੈਗਾ ਕਿ ਜੋ ਆਪਣਾ ਇਸ ਟਾਈਮ ਜੈਨੇਟਿਕ ਮੋਡੀਫਾਈਡ ਗ੍ਰੇਨਸ ਆ ਰਹੇ ਹੈਗੇ ਫਰਟੀਲਾਈਜ਼ਰ ਦੇ ਕਾਰਨ, ਜਿਹੜਾ ਹੈਗਾ ਨਿਊਟ੍ਰੀਸ਼ਨ, ਬੇਸਿਕ ਨਿਊਟ੍ਰੀਸ਼ਨ ਤੇ ਵਗੈਰਾ ਘੱਟ ਰਹੀ ਹੈਗੀ ਇਹਦੇ ਚ ਸੋਇਲ ਦੇ ਵਿੱਚ, ਤੇ ਆਪਣੇ ਵਿਟਾਮਿਨ ਵਗੈਰਾ ਡਿਕਰੀਜ਼ ਹੋ ਰਹੇ ਹੈਗੇ, ਤੇ IV ਨਿਊਟ੍ਰੀਸ਼ਨ, ਅਸੀਂ ਬਾਈ ਮੈਟਲ ਵਗੈਰਾ ਦਾ ਟੈਸਟ ਕਰ ਰਹੇ ਹੈਗੇ ਕਿ ਆਪਣੇ ਸਰੀਰ ਦੇ ਕਿਹੜੇ ਐਕਸੈਸ ਨਹੀਂ ਹੈਗੇ, ਤੇ ਨਾਲ ਬਹੁਤ ਸਾਰੇ ਵਿਟਾਮਿਨਸ ਵੀ। ਤੇ ਇਹ ਹੈਗਾ ਫਿਊਚਰ, ਦਿਸ ਇਜ਼ ਐਂਟੀ ਏਜਿੰਗ ਮੈਡੀਸਨ, ਹਾਊ ਟੂ ਰਿਮੇਨ ਯੰਗ। ਤੇ ਨੈਕਸਟ ਈਅਰ ਇਹਦੀ ਕਾਨਫਰੰਸ ਦਿੱਲੀ ਚ ਹੋਣੀ ਹੈਗੀ, ਇਸ ਸਾਲ ਮਈ ਦੇ ਵਿੱਚ ਬੰਬੇ ਚ ਹੈਗੀ, ਤੇ ਮੇਰੇ 2 ਲੈਕਚਰ ਹੈਗੇ ਉੱਥੇ। ਇਹ ਜਿਹੜੀ ਹੈਗੀ ਹੈ ਬਿਲਕੁਲ ਨਵੀਂ ਅਪਕਮਿੰਗ ਬ੍ਰਾਂਚ ਹੈਗੀ, ਤੇ ਦੇ ਆਰ ਸਿਲੈਕਟਿਡ ਮੀ ਐਸ ਸੈਕਟਰੀ ਫਾਰ ਦਾ ਨੌਰਥ ਜ਼ੋਨ ਫਾਰ ਐਂਟੀ ਏਜਿੰਗ।
ਤੇ ਜੇ ਮੈਂ ਕਹਾਂ ਇੱਕੋ ਇੱਕ ਮੈਸੇਜ ਹੈ ਅੱਜ ਦਾ, ਮੈਂ ਕਹੂੰਗਾ ਕਿ ਜਦੋਂ ਕੋਈ ਬਿਮਾਰੀ ਆਉਂਦੀ ਆ ਸਭ ਤੋਂ ਪਹਿਲੇ ਆਪਾਂ ਆਰਾਮ ਕਰਦੇ ਹਾਂ ਕਿ ਬਾਡੀ ਆਪਣੇ ਆਪ ਨੂੰ ਟ੍ਰੀਟ ਕਰ ਲਏ, ਫਿਰ ਅਸੀਂ ਦੇਖਦੇ ਹਾਂ ਸਾਡੇ ਕਿਚਨ ਦੇ ਵਿੱਚ ਕਿਚਨ ਮੈਡੀਸਨ ਜਿਹੜੀ ਹੈਗੀ ਉੱਥੇ ਕਿਹੜੀ ਕਿਹੜੀ ਚੀਜ਼ ਸਾਨੂੰ ਹੈਲਪ ਕਰ ਸਕਦੀ ਹੈ। ਉਹਦੇ ਬਾਅਦ ਆਪਾਂ ਮੈਡੀਸਨ ਲੈਂਦੇ ਹਾਂ, ਉਹਦੇ ਬਾਅਦ ਨੋਨ ਇਨਵੇਜ਼ਿਵ ਟ੍ਰੀਟਮੈਂਟ ਤੇ ਉਹਦੇ ਸ਼ੁੱਡ ਬੀ ਦਾ ਲਾਸਟ ਆਪਸ਼ਨ ਜਿੱਥੇ ਕਿ ਹੋਰ ਕੋਈ ਚੀਜ਼ ਅਵੇਲੇਬਲ ਨਾ ਹੋਵੇ। ਥੈਂਕ ਯੂ।